ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮੌਸਮ ਦੇ ਤਾਜ਼ਾ ਵੱਡੇ ਅਪਡੇਟ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਜੇ ਸੂਬੇ ਵਿੱਚ ਚੰਗੀ ਬਰਖਾ ਵੰਡ ਨਾਲ ਜਲਦ ਬਦਲੇਗਾ ਮੌਸਮ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਦੀ ਸੁਭਾਵਨਾ ਹੈ ਉਸ ਬਾਰੇ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਪੂਰਨ ਜਾਣਕਾਰੀ ਦੇ ਲਈ ਵੀਡੀਓ ਪੂਰੀ ਅੰਤ ਤੱਕ ਦੇਖਦੇ ਰਹੋ ਹਾਂਜੀ 19 ਤੋਂ ਲੈ ਕੇ 21 ਅਗਸਤ ਦਰਮਿਆਨ ਤਕੜੀਆਂ ਮਾਨਸੂਨੀ ਬਰਸਾਤਾਂ ਦਾ ਤਾਜ਼ਾ ਦੌਰ ਨਾ ਕੇਵਲ ਪੰਜਾਬ ਬਲਕੇ ਹਰਿਆਣਾ ਦਿੱਲੀ ਸਣੇ ਪੂਰੇ ਉੱਤਰੀ ਭਾਰਤ ਵਿੱਚ ਪ੍ਰਭਾਵਿਤ ਕਰੇਗਾ ਜਿਕਰ ਜੋ ਹੈ ਕਿ ਉੱਤਰ ਅਤੇ ਪੂਰਬੀ ਮਾਲਵਾ ਵਿੱਚ ਆਗਾਮੀ 24 ਘੰਟਿਆਂ ਵਿੱਚ ਲੱਗਦੇ ਬੱਦਲਾਂ ਵਿੱਚ ਟੁੱਟਮਿਆਂ ਘਟ ਖੇਤਰੀ ਪਰ ਤੇਜ਼ ਬਰਸਾਤੀ ਕਾਰਵਾਈਆਂ ਦੀ ਉਮੀਦ ਹੈ ਜੀ ਦੇਰ 19 ਅਗਸਤ ਤੋਂ ਪੱਛਮੀ ਮਾਲਵਾ ਸਹਿਤ ਸੂਬੇ ਦੇ ਜ਼ਿਆਦਾਤਰ ਹਿੱਸੇ ਵਿੱਚ ਗਰਜ ਚਮਕ ਤੇ ਤੇਜ਼ ਹਵਾਵਾਂ ਨਾਲ ਚੰਗੀਆਂ ਬਰਸਾਤਾਂ ਦੀ ਵਾਪਸੀ ਹੋਵੇਗੀ ਜੋ ਕਿ 20 ਅਤੇ 21 ਨੂੰ ਬਦਲੀ ਹੋਈ ਤੀਬਰਤਾ ਤੇ ਜੰਗੀ ਵਰਖਾ ਵੰਡ ਨਾਲ ਜਾਰੀ ਰਹਿਣਗੀਆਂ ਸੰਗਰੂਰ ਪਟਿਆਲਾ ਬਟਿੰਡਾ ਮੋਖਰ ਸਾਹਿਬ ਫਰੀਦਕੋਟ ਇਸ ਤੋਂ ਇਲਾਵਾ ਫਾਜ਼ਿਲਕਾ ਮੋਗਾ ਬਰਨਾਲਾ ਲੁਧਿਆਣਾ ਦਾ ਏਰੀਆ ਤੇ ਇਹਨਾਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਬਰਸਾਤ ਦੀ ਉਮੀਦ ਹੈ ਇਸ ਤੋਂ ਇਲਾਵਾ ਸੀਜ਼ਨ ਵਿੱਚ ਪਹਿਲੀ ਵਾਰ ਰਾਤਾਂ ਨੂੰ ਹਲਕੀ ਠੰਡ ਮਹਿਸੂਸ ਕੀਤੀ ਜਾਵੇਗੀ ਜੋ ਕਿ ਪਿਛਲੇ ਦਿਨਾਂ ਵਿੱਚ ਹੋਮਸਾ ਜਾਰੀ ਸੀ ਉਸ ਤੋਂ ਨਿਆਤ ਆਉਣ ਵਾਲੇ ਦਿਨਾਂ ਵਿੱਚ ਮਿਲ ਸਕਦੀ ਹੈ ਤਾਜ਼ਾ ਅਲਰਟ ਜਾਰੀ ਹੋਏ ਜੀ 19 ਤੋਂ ਲੈ ਕੇ 21 ਅਗਸਤ ਦਰਮਿਆਨ ਇਨ੍ਹਾਂ ਇਲਾਕਿਆਂ ਵਿੱਚ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਫੇਸਬੁੱਕ WhatsApp Instagram ਤੇ ਤਾਂ ਕਿ ਇਹ ਤਾਜ਼ਾ ਮੌਸਮ ਦੀ ਅਪਡੇਟ ਜੋ ਕਿ ਤੁਹਾਡੇ ਨਾਲ ਸਾਂਝੀ ਕਰੀ ਹੈ 19 ਤੋਂ ਲੈ ਕੇ 21 ਅਗਸਤ ਤੱਕ ਇਹ ਜਾਣਕਾਰੀ ਜਿਲੇ ਵਾਏ ਹਰੇਕ ਪੰਜਾਬ ਵਸੀ ਤੱਕ ਪਹੁੰਚੇ ਆਉਣ ਵਾਲੀਆਂ ਤਾਜ਼ਾ ਤਰੀਨ ਮੌਸਮ ਸੰਬੰਧੀ ਅਤੇ ਹੋਰਨਾਂ ਖਬਰਾਂ ਸੰਬੰਧੀ ਆਪਣੇ ਚੈਨਲ ਨਾਲ ਜਰੂਰ ਜੁੜੇ ਰਹੋ ਧੰਨਵਾਦ